ਤਰਨ ਤਾਰਨ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੇ ਵਰਕਰਾਂ ਵੱਲੋਂ ਮਿਲ ਕੇ ਤਰਨ ਤਾਰਨ ਦੇ ਸ਼ਹਿਰ ਵਿੱਚ ਪਾਕਿਸਤਾਨ ਅਤੇ ISI ਦੇ ਗੋਪਾਲ ਸਿੰਘ ਚਾਵਲਾ ਦਾ ਪੁਤਲਾ ਫੂਕਿਆ ਗਿਆ ਅਤੇ ਪਾਕਿਸਤਾਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉੱਥੇ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਗੋਪਾਲ ਸਿੰਘ ਚਾਵਲਾ ਨਾਲ ਫੋਟੋ ਖਿਚਵਾਉਣ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਸਿੱਧੂ ਦੇ ਅਸਤੀਫੇ ਦੀ ਮੰਗ ਵੀ ਕੀਤੀ। ਪੰਜਾਬ ਯੋਗਰਾਜ ਸ਼ਰਮਾ ਦਾ ਹੁਕਮ ਹੋਇਆ ਕਿ ਪਾਕਿਸਤਾਨ ਦੇ ਖਿਲਾਫ ਜਿੰਨੇ ਵੀ ਹੋ ਸਕੇ ਪੁਤਲੇ ਫੂਕੋ, ਚਾਵਲੇ ਦੇ ਜਿੰਨੇ ਵੀ ਹੋ ਸਕੇ ਪੁਤਲੇ ਫੂਕੋ। ਚਾਵਲੇ ਨੇ ਹਿੰਦੁਸਤਾਨ ਦੇ ਖਿਲਾਫ ਬਹੁਤ ਜ਼ਿਆਦਾ ਬਕਵਾ ਕੀਤਾ ਹੈ, ਆਪਣੇ ਆਪ ਨੂੰ ਪਿਓ ਦੱਸਦਾ ਹੈ ਅਤੇ ਸਾਨੂੰ ਭਾਰਤ ਮਾਂ ਦੱਸਦਾ ਹੈ, ਜਦਕਿ ਉਹਨਾਂ ਦੇ ਪੱਲੇ ਕੱਖ ਨਹੀਂ ਗਾ। ਗਊਆਂ ਮੱਝਾਂ ਵਿੱਚ ਉਹਨਾਂ ਨੇ ਪਾਕਿਸਤਾਨ ਵਾਲੇ ਬੰਦੇ, ਤੁਸੀਂ ਬੇਟਾ ਚਾਵਲਾ ਬਕਵਾਸ ਕਰਦੇ ਬਹੁਤ ਘੱਟ ਬੋਲਣ ਦਿਆ। ਇਹ ਸ਼ਿਵ ਸੈਨਾ ਨੇ ਕਦੀ ਬਰਦਾਸ਼ਤ ਨਹੀਂ ਕਰਨਗੇ। ਚਾਵਲੇ ਦੇ ਪੱਲੇ ਕੀ ਆ, ਅਗਰ ਜੇ ਉਹਦੀ ਜੁੱਟ ਹੈਗੀ ਆ ਹਿੰਦੁਸਤਾਨ ਦੇ ਜਾਣ ਕੇ ਪੰਜਾਬ ਦੇ ਵਿੱਚ ਜਾਣ ਕੇ ਸ਼ਿਵ ਸੈਨਾ ਲਲਕਾਰਾ ਮਾਰਦੀ ਆ, ਜਦੋਂ ਮਰਜ਼ੀ ਆਵੇ ਉਹਦਾ ਜਵਾਬ ਠੋਕ ਕੇ ਦੇਵਾਂਗੇ ਅਤੇ ਤੁਣ ਕੇ ਦੇਵਾਂਗੇ। ਉਹ ਸਾਡੇ ਚੁੱਕੀ ਫਿਰਦਾ ਨਾ, ਸਾਡੇ ਉਹ ਛਿੱਤਰ ਇਹੋ ਜਿਹੇ ਆ ਕਿ ਸਾਡੇ ਅੰਡਾਲਾ ਵੱਜਣਗੇ। ਖਾਲਿਸਤਾਨੀ ਦਾ ਪੁਤਲਾ ਸਾੜਿਆ ਗਿਆ, ਜਿਹੜਾ ਕਿ ਅਸੀਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਖਾਲਿਸਤਾਨੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਅਤੇ ਜੋ ਨਵਜੋਤ ਸਿੱਧੂ ਨੇ ਉਹਦੇ ਨਾਲ ਆਪਣੀ ਤਸਵੀਰ ਖਿਚਾਈ ਆ, ਉਹਨਾਂ ਨੇ ਬਾਅਦ ਕਿਹਾ ਕਿ ਮੈਨੂੰ ਪਤਾ ਨਹੀਂ ਲੱਗਾ, ਪਰ ਇਹ ਬਹੁਤ ਮੱਦਭਾਗੀ ਗੱਲ ਆ। ਅਸੀਂ ਸਰਕਾਰ ਤੋਂ, ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਿੱਧੂ ਸਾਹਿਬ ਦਾ ਅਸਤੀਫਾ। ਜਾਗਰਤੀ ਲੈ ਲਈ ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ।